ਬੀਡੀਸੀ ਨੈਟਵਰਕ ਦੀ ਖਾਸ ਧਾਰਮਿਕ ਪੇਸ਼ਕਸ਼ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੌਂਗਾ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ, ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਅਤੇ ਪੰਥਕ ਪ੍ਰਚਾਰ ਪ੍ਰਸਾਰਿਤ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਸੰਗਤ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਅਤੇ ਇਸ ਦੇ ਨਾਲ ਨਾਲ ਪਾਵਨ ਪਵਿੱਤਰ ਦਿਹਾੜਿਆਂ ਦੀ ਇਤਿਹਾਸਿਕ ਮਹੱਤਤਾ ਆਪ ਤੱਕ ਪਹੁੰਚਾਈ ਜਾਂਦੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਪੰਜਾਬ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਦੇ ਕਾਰਨ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਪ੍ਰਸਿੱਧ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ ਮੌਸਮੀ ਤਿਉਹਾਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮੌਸਮੀ ਤਿਉਹਾਰ ਜੋੜ ਮੇਲ ਦੇ ਰੂਪ ਦੇ ਵਿੱਚ ਗੁਰਦੁਆਰਾ ਛਿਆਟਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਹ ਜੋੜ ਮੇਲ ਹੁੰਦਾ ਹੈ ਬਸੰਤ ਪੰਚਮੀ ਨਾਲ ਸੰਬੰਧਿਤ। ਬਸੰਤ ਦਾ ਆਗਾਜ਼ ਹੁੰਦਾ ਹੈ, ਗੁਰਬਾਣੀ ਕੀਰਤਨ ਕੀਤਾ ਜਾਂਦਾ ਹੈ, ਬਸੰਤ ਰਾਗ ਦੇ ਵਿੱਚੋਂ ਰਾਗੀ ਸਿੰਘ ਸਹਿਮਾਨ ਸ਼ਬਦ ਗਾਇਨ ਕਰਦੇ ਨੇ, ਢਾਡੀ ਵਾਰਾਂ ਦਾ ਗਾਇਨ ਕੀਤਾ ਜਾਂਦਾ ਹੈ, ਪ੍ਰਚਾਰਕ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਦੇ ਹੈ। ਇਸ ਦੇ ਨਾਲ ਹੀ ਸੰਬੰਧਿਤ ਗੁਰਦੁਆਰਾ ਛਿਆਟਾ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ ਧਾਰਮਿਕ ਦੀਵਾਨ ਸਜਾਏ ਗਏ। ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚਦੀਆਂ ਨੇ। ਵਿਸ਼ਵ ਭਰ ਦੇ ਵਿੱਚ ਛਿਆਟਾ ਸਾਹਿਬ ਵਿਖੇ ਮਨਾਈ ਜਾਣ ਵਾਲੀ ਬਸੰਤ ਪੰਚਮੀ ਆਪਣੇ ਆਪ ਦੇ ਵਿੱਚ ਪ੍ਰਸਿੱਧ ਹੈ। ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਨਾਨਕ ਨਾਮ ਸਿਲੇਵਾ ਸੰਗਤਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਕੱਲ੍ਹ ਰਾਤਰੀ ਦੀਵਾਨ ਸਜਾਏ ਗਏ ਸਨ, ਉਹਦੇ ਵਿੱਚ ਵੀ ਜਨਸੰਗਤਾਂ ਪਹੁੰਚੀ ਹੈ। ਹੁਣ ਵੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਲੱਖਾਂ ਦੀ ਤਾਦਾਦ ਵਿੱਚ ਜੋ ਗਿਣਤੀ ਹੈ ਉਹ ਪਹੁੰਚ ਚੁੱਕੀ ਸੰਗਤਾਂ ਦੀ, ਅਤੇ ਸੰਗਤਾਂ ਨੂੰ ਇਹੀ ਉਪਦੇਸ਼ ਆਪਾਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਬਾਣੇ ਬਾਣੇ ਦੇ ਧਾਰਨੀ ਹੋਈਏ। ਜੋ ਗੁਰੂ ਜੀ ਦਾ ਉਪਦੇਸ਼ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹਦੇ 'ਤੇ ਫਲਸਫੇ ਦੇ ਪਹਿਰਾ ਦਿੰਦੇ ਹੋਏ ਆਪਾਂ ਗੁਰੂ ਗੁਰੂ ਕਰਦੇ ਆਪਾਂ ਜਨਮ ਸਫਲ ਕਰੀਏ। ਇਹ ਜੋ ਬਸੰਤ ਪੰਚਮੀ ਦਾ ਪੁਰਬ ਹੈ ਜੀ, ਇਹ ਵਾਕਈ ਤੁਹਾਡੀ ਗੱਲ ਠੀਕ ਹੈ, ਸਾਲਾਨਾ ਜੋੜ ਮੇਲਾ ਜੋ ਸਾਲ ਬਾਅਦ ਆਵੇਗਾ। ਇਹਦੇ ਵਿੱਚ ਇਲਾਕੇ ਦੀਆਂ ਸਭਾ ਸੁਸਾਇਟੀਆਂ ਦਾ ਪੂਰਾ ਸਹਿਯੋਗ ਸਾਨੂੰ ਹੈ ਜੀ। ਉਹਦੇ ਨਾਲ ਮੇਰੇ ਨਾਲ ਖੜ੍ਹੇ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਹਰਵਿੰਦਰ ਸੂਪੋ ਵਾਲੀ, ਇਹ ਮੇਲਾ ਪ੍ਰਬੰਧਕ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਨਾਲ ਸਾਡੇ, ਇੱਕ ਟੀਮ ਵਰਕ ਚੱਲ ਰਿਹਾ ਸਾਰਾ ਸਾਡਾ। ਪਿਛਲੇ ਇੱਕ ਮਹੀਨੇ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ, ਪਾਰਕਿੰਗਾਂ ਖੁੱਲ੍ਹੀਆਂ ਕਰ ਦਿੱਤੀਆਂ ਗਈਆਂ ਨੇ ਸੰਗਤਾਂ ਦੀ ਵਹੀਕਲ ਵਾਸਤੇ ਜੀ, ਰਿਹਾਇਸ਼ ਵਾਸਤੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ, ਲੰਗਰ ਸੁਸਾਇਟੀ ਵੱਲੋਂ ਚੱਲ ਰਹੇ ਨੇ ਅਤੇ ਗੁਰਦੁਆਰਾ ਸਾਹਿਬ ਪ੍ਰਬੰਧ ਵੱਲੋਂ ਵੀ ਲੰਗਰ ਥਾਂ ਪਰ ਥਾਂ ਚੱਲ ਰਹੇ ਨੇ, ਚਾਹ ਦੇ ਲੰਗਰ, ਪਕੌੜਿਆਂ ਦੇ ਲੰਗਰ, ਉਸ ਤੋਂ ਇਲਾਵਾ ਪ੍ਰਸ਼ਾਦਾ ਪਾਣੀ ਦਾ ਲੰਗਰ ਜੋ ਹੈ ਸਵੇਰ ਤੋਂ ਨਿਰੰਤਰ ਚੱਲ ਰਹੇ ਨੇ। ਸੰਗਤਾਂ ਨੂੰ ਕੋਈ ਵੀ ਦਿੱਕਤ ਜਿਹੜੀ ਹੁਣ ਤੱਕ ਜੋ ਅਸੀਂ ਮਹਿਸੂਸ ਕੀਤਾ, ਕੋਈ ਵੀ ਪਰੇਸ਼ਾਨੀ ਜਾਂ ਕੋਈ ਐਸੀ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਮਿਲੀ ਹੈ ਜੀ। ਮਹਾਰਾਜ ਜੀ ਬੜਾ ਵਧੀਆ ਕੀਤਾ ਅਤੇ ਸਜਾਵਟ ਵੀ ਬਹੁਤ ਸੋਹਣੀ ਹੋਈ ਆ, ਬਾਕੀ ਬੱਚੇ ਆਨੰਦ ਲੈ ਰਹੇ ਆ। ਵੇਖੋ ਤੁਸੀਂ ਗੁੱਡੀਆਂ ਡਾ ਰਹੇ ਆ, ਹੋਟੇ ਰਹੇ ਆ, ਹਰ ਮਹੀਨੇ ਆਉਂਦੇ ਅਸੀਂ, ਪਰ ਬਸੰਤ ਪੈਂਚੀ ਸਾਲ ਬਾਅਦ ਆਉਂਦੀ ਹੈ, ਜ਼ਰੂਰ ਆਉਂਦੇ ਬੱਚੇ ਦੇਖਾਂਗੇ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸਜਾਇਆ ਗਿਆ। ਇਸ ਵਿਆਹ ਪੁਰਬ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੇ ਵਿੱਚ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਤੌਰ ਤੇ ਸੰਗਤ ਪਹੁੰਚਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਦੇ ਮੱਦੇਨਜ਼ਰ ਪੁਖਤਾ ਇੰਤਜ਼ਾਮਾਤ ਕੀਤੇ ਜਾਂਦੇ ਹੈ। ਸਿੱਖ ਪੰਥ ਦੇ ਵਿੱਚ ਗ੍ਰਸਥ ਧਰਮ ਦੀ ਬਹੁਤ ਵੱਡੀ ਮਹਾਨਤਾ ਹੈ, ਸੋ ਸਿੱਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੇ ਵਿੱਚ ਵੱਲ ਝਟਕੇ ਹਿੱਸਾ ਲਿਆ ਜਾਂਦਾ ਹੈ। ਗੁਰੂ ਕੇ ਲਾਹੌਰ ਵਿਖੇ ਬਹੁਤ ਵੱਡੇ ਪੱਧਰ ਤੇ ਇਹਨਾਂ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਸੰਗਤਾਂ ਨੂੰ ਵਧਾਈ ਵੀ ਦਿੱਤੀ ਗਈ। ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਧੰਨ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਨਾਂ ਦੇ ਵਿਆਹ ਗੁਰਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਆਨੰਦ ਕਾਰਜ ਸਾਹਿਬ ਗੁਰੂ ਕੇ ਲਾਹੌਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਵੱਲੋਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ
ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਹੋਰਾਂ ਵੱਲੋਂ ਸਾਰੀਆਂ ਹੀ ਸੰਗਤਾਂ ਵੱਲੋਂ ਮਹਾਰਾਜ ਜੀ ਦਾ ਵਿਆਹ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਗੁਰੂ ਕੇ ਲਾਹੌਰ ਆਨੰਦ ਕਾਰਜ ਗੁਰਦੁਆਰਾ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਈ ਹੈ। ਕੱਲ੍ਹ ਨੂੰ ਗੁਰਦੁਆਰਾ ਭੋਰਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ, ਜੋ ਪੜਾਅ ਦਰ ਪੜਾਅ ਹੁੰਦਾ ਹੋਇਆ ਗੁਰਦੁਆਰਾ ਸਿਹਰਾ ਸਾਹਿਬ ਜੀ ਵਿਖੇ ਪਹੁੰਚੇਗਾ। ਉੱਥੇ ਦੀਵਾਨ ਸੱਜਣਗੇ ਔਰ ਉਸ ਤੋਂ ਉਪਰੰਤ ਉਹ ਨਗਰ ਕੀਰਤਨ ਗੁਰੂ ਕੇ ਲਾਹੌਰ ਵਿਖੇ ਪਹੁੰਚੇਗਾ। ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀਤੋ ਜੀ ਦੇ ਵਿਆਹ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਆਹ ਕਰਕੇ ਸੰਗਤਾਂ ਨੂੰ ਵੱਖ ਵੱਖ ਵਧਾਈਆਂ ਕਿ ਇਸ ਭਾਗੇ ਸਮੇਂ ਜ਼ਿੰਦਗੀ ਵਿੱਚ ਸੈਲਾਨੀ ਆਉਂਦੇ ਜਿਹੜੀਆਂ ਸੰਗਤਾਂ ਨੂੰ ਇਸ ਭਾਗ ਦਾ ਸਮਾਂ ਪ੍ਰਾਪਤ ਹੋਇਆ ਗੁਰੂ ਖੁਸ਼ੀਆਂ ਬਖਸ਼ਣ ਰਹਿਮਤ ਕਰਨ, ਇਸੇ ਤਰ੍ਹਾਂ ਹੀ ਮਹਾਰਾਜ ਜੀ ਜਿਹੜੇ ਦਿਨ ਮਨਾਏ ਜਾਣ। ਅਤੇ ਹੁਣ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। 100 ਸਾਲਾ ਸ਼ਤਾਬਦੀ ਜਿਹੜੀ ਆ ਉਹ ਜੈਤੋਂ ਦੇ ਮੋਰਚੇ ਦੇ ਸੰਬੰਧ ਦੇ ਵਿੱਚ ਖਾਲਸਾ ਪੰਥ 21 ਫਰਵਰੀ ਨੂੰ ਮਨਾ ਰਿਹਾ, ਜਿਹਦੇ ਵਿੱਚ 19, 20 ਅਤੇ 21 ਤਿੰਨ ਈਵੈਂਟ ਆ। 19 ਨੂੰ ਨਗਰ ਕੀਰਤਨ ਆ, 20 ਨੂੰ ਸਾਰੇ ਗੱਤਕੇ ਦੇ ਅਤੇ ਹੋਰ ਜਿਹੜੇ ਜੌਹਰ, ਅਤੇ 21 ਤਰੀਕ ਨੂੰ ਇਹ ਵੱਡੇ ਪੱਧਰ 'ਤੇ ਸ਼ਤਾਬਦੀ ਮਨਾਈ ਜਾਊਗੀ, ਜਿਹਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨਾਲ ਸੰਬੰਧਿਤ ਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਊਗਾ। ਅਤੇ ਅੱਜ ਮੈਨੂੰ ਸਾਡੇ ਹਰਵਿੰਦਰ ਸਿੰਘ ਖਾਲਸਾ ਫੈਡਰੇਸ਼ਨ ਦਾ ਸਾਡੇ ਪੁਰਾਣਾ ਕਾਰਕੁਨ ਆ, ਉਹਨੇ ਮੇਰੇ ਧਿਆਨ 'ਚ ਲਿਆਂਦੀ ਕਿ ਜਦੋਂ ਮਹਾਰਾਜਾ ਰਿਪੂਦਮਨ ਸਿੰਘ ਨੂੰ ਉੱਥੋਂ ਜਲਾਵਤਨ ਕੀਤਾ ਗਿਆ ਅਤੇ ਬਹੁਤ ਸਾਰੇ ਪਰਿਵਾਰ ਵੀ ਜਲਾਵਤਨ ਕਰ ਦਿੱਤੇ ਗਏ ਸੀ। ਉਹ ਅਸੀਂ ਯਤਨ ਕੀਤਾ ਵੀ ਉਹਨਾਂ ਦੇ ਭਾਵਾਂ ਪਰਿਵਾਰ ਅੱਜ ਵੱਖ ਵੱਖ ਹੋਰ ਹੋਰ ਢੰਗ ਨਾਲ ਕਿਤੇ ਰਹਿੰਦੇ ਆ, ਉਹਨਾਂ ਨੂੰ ਵੀ ਯਤਨ ਕਰਾਂਗੇ ਵੀ ਉਹਨਾਂ ਨੂੰ ਵੀ ਇਸ ਘੇਰਾਬੰਦੀ ਦੇ ਵਿੱਚ ਲਿਆ ਕੇ ਉਹਨਾਂ ਦਾ ਵੀ ਮਾਣ ਸਤਿਕਾਰ ਕੀਤਾ ਜਾਵੇ। ਸੋ ਇਹ ਖਾਲਸਾ ਪੰਥ ਨੂੰ ਸਿਮਰ ਬੇਨਤੀ ਕਰਦਾ, ਇੱਕ ਖਾਲਸਾ ਪੰਥ ਦੀ ਰਵਾਇਤ ਰਹੀ ਆ ਕਿ ਖਾਲਸਾ ਪੰਥ ਆਪਣਾ ਇਤਿਹਾਸ ਪੜ੍ਹਦਾ, ਇਹ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਪੜ੍ਹਦਾ, ਇਹ ਪਰ ਉਹਨੂੰ ਰਿਪੀਟ ਵੀ ਅੱਜ ਦੇ ਯੁੱਗ ਵਿੱਚ ਕਰ ਰਿਹਾ। ਅੱਜ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁੱਖਾ ਜਿਨ੍ਹਾਂ ਨੇ ਹੱਸ ਹੱਸ ਕੇ ਉਹ ਪੁਰਾਤਨ ਜਿਹੜਾ ਇਤਿਹਾਸ ਸੀ ਉਹ ਦੁਹਰਾਇਆ, ਇਹ ਸਾਡੇ ਖਾਲਸੇ ਪੰਥ ਦੀਆਂ ਵੱਖਰੀਆਂ ਅਤੇ ਅਡਰੀਆਂ ਜਿਹੜੀਆਂ ਪਹਿਚਾਣਾਂ ਗੁਰੂ ਸਾਹਿਬ ਨੇ ਪੈੜਾਂ ਪਾਈਆਂ ਆ, ਖਾਲਸਾ ਪੰਥ ਉਹਨਾਂ 'ਤੇ ਹਮੇਸ਼ਾ ਹੀ ਨਾਜ ਕਰਦਾ। ਇਹੀ ਉਹ ਕਾਰਨ ਆ ਕਿ ਅਸੀਂ ਸ਼ਤਾਬਦੀਆਂ ਨੂੰ ਜੋੜ ਮੇਲਿਆਂ ਦੇ ਰੂਪ ਵਿੱਚ ਮਨਾਉਂਦੇ ਹਾਂ। ਜੋੜ ਮੇਲਿਆਂ ਤੋਂ ਕਹਿਣ ਤੋਂ ਭਾਵ ਕਿ ਖਾਲਸਾ ਪੰਥ ਉਹਨਾਂ ਦੀਆਂ ਵਾਰਾਂ ਵੀ ਗਾਉਂਦਾ, ਉਹਨਾਂ ਦੇ ਸਨਮੁੱਖ ਹੋ ਕੇ ਅਰਦਾਸ ਵੀ ਕਰਦਾ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ, ਕਿਸੇ ਇੱਕ ਪਰਿਵਾਰ ਦਾ ਨਹੀਂ ਹੁੰਦੇ। ਸੋ ਇਹ ਅਸੀਂ ਵੱਡੇ ਪੱਧਰ ਦੇ ਉੱਤੇ ਸ਼ਤਾਬਦੀ ਜਿਹੜੀ ਮਨਾ ਰਹੇ ਹਾਂ, ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਕਿ ਇਹ ਵੱਡਾ ਸਾਕਾ ਆ, ਇਸ ਸਾਕੇ ਦੇ ਵਿੱਚ ਆਪਾਂ 100 ਸਾਲਾ ਸ਼ਤਾਬਦੀ ਦੇ ਵਿੱਚ ਜੈਤੋਂ ਦੇ ਜਿਹੜੀ ਧਰਤੀ 'ਤੇ ਮਨਾਇਆ ਜਾਣਾ ਉੱਥੇ ਵੱਧ ਤੋਂ ਵੱਧ ਵੱਡੀ ਪੱਧਰ 'ਤੇ ਸ਼ਾਮਿਲ ਹੋਈਏ ਅਤੇ ਆਪਣੇ ਮਹਾਨ ਸ਼ਹੀਦਾਂ ਨੂੰ ਅਤੇ ਇਸ ਸ਼ਤਾਬਦੀ ਦੇ ਵਿੱਚ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਈਏ।
ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਦੇ ਮੋਰਚੇ ਨਾਲ ਸੰਬੰਧਿਤ ਆ ਰਹੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ। ਇਸੇ ਦੇ ਮੱਦੇਨਜ਼ਰ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਆਉਣ ਵਾਲੇ ਸਾਰੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਦੇ ਦੌਰਾਨ ਇਹ ਵਿਚਾਰਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਣ ਵਾਲੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਵੀ ਲਾਜ਼ਮੀ ਬਣਾਇਆ ਜਾਵੇਗਾ। ਇਤਿਹਾਸ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ। ਹੋਰ ਵੀ ਬਹੁਤ ਸਾਰੇ ਈਵੈਂਟਸ ਦੇ ਵਿੱਚ ਇਹਨਾਂ ਸਕੂਲਾਂ ਵੱਲੋਂ ਹਿੱਸਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ 50 ਤੋਂ ਵੱਧ ਸਕੂਲ ਚੱਲ ਰਹੇ ਨੇ, ਹੋਰ ਵੀ ਬਹੁਤ ਸਾਰੇ ਕਾਲਜਸ ਚੱਲ ਰਹੇ ਨੇ। ਇਹਨਾਂ ਕਾਲਜਾਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਾਣਕਾਰੀ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਜਿੱਥੇ ਅਕੈਡਮਿਕ ਪੱਧਰ ਤੇ ਬਹੁਤ ਸਾਰੀ ਸਿੱਖਿਆ ਇਹਨਾਂ ਨੂੰ ਦਿੱਤੀ ਜਾਂਦੀ ਹੈ, ਉਸ ਦੇ ਨਾਲ ਹੀ ਧਾਰਮਿਕ ਪੱਧਰ ਤੇ ਵੀ ਇਹਨਾਂ ਦੀ ਸ਼ਖਸੀਅਤ ਨੂੰ ਸ਼ਿੰਗਾਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹੈ। ਜੋ ਇਸੇ ਨਾਲ ਸੰਬੰਧਿਤ ਹੀ ਇਸ ਮੀਟਿੰਗ ਨੂੰ ਨੇਪਰੇ ਚੜਾਇਆ ਗਿਆ। SGPC ਦੇ ਕਬੱਡੀ ਖਿਡਾਰੀ ਨੇ ਰੋਪੜ ਵਿੱਚ 8 ਕਲੱਬਾਂ ਦੇ ਕਬੱਡੀ ਮੈਚ ਵਿੱਚ ਹਿੱਸਾ ਲਿਆ, ਜਿਸ ਵਿੱਚ ਗੁਰਬਾਜ ਸਿੰਘ ਨਾਮ ਦੇ ਖਿਡਾਰੀ ਨੇ ਕਾਫੀ ਚੰਗਾ ਹੁਨਰ ਵਿਖਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਮਹੀਨਾ ਕੁ ਪਹਿਲਾਂ ਇੱਕ ਕਬੱਡੀ ਖਿਡਾਰੀ ਦੀ ਸਿਲੈਕਸ਼ਨ ਕੀਤੀ ਗਈ। ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦੇ ਕੇ ਕਬੱਡੀ ਟੀਮ ਵਿੱਚ ਭੇਜਿਆ ਗਿਆ। ਇਸ ਖਿਡਾਰੀ ਨੇ ਪਹਿਲੇ ਹੀ ਦਿਨ ਤੋਂ ਸਾਡੀ ਟੀਮ ਵਿੱਚ ਤਹਿਲਕਾ ਮਚਾਇਆ ਹੋਇਆ। ਇਸੇ ਖੁਸ਼ੀ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਨੇ ਦੇਸੀ ਘਿਓ ਦੇ ਪੀਪੇ ਨਾਲ ਸਨਮਾਨਿਤ ਕੀਤਾ। ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਇਸ ਖਿਡਾਰੀ ਨੇ ਲਗਾਤਾਰ 2 ਦਿਨ ਬੈਸਟ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਕੀਤਾ। ਮਿਤੀ 10 ਫਰਵਰੀ ਰੈਣ ਮਾਜਰਾ ਰੋਪੜ ਵਿਖੇ 8 ਕਲੱਬਾਂ ਦੇ ਮੈਚ ਹੋਏ, ਜਿਸ ਵਿੱਚ ਉੱਚ ਕੋਟੀ ਦੀਆਂ 8 ਕਲੱਬਾਂ ਨੇ ਭਾਗ ਲਿਆ। ਪਰ ਸਾਡੇ ਲਈ ਮਾਣ ਦੀ ਗੱਲ ਇਹ ਆ ਕਿ ਫਾਈਨਲ ਵਿੱਚ ਗੁਰਬਾਜ ਨੇ ਬਹੁਤ ਹੀ ਦਮਦਾਰ ਕਬੱਡੀਆਂ ਪਾ ਕੇ ਬੈਸਟ ਪਲੇਅਰ ਹੋਣ ਦਾ ਮਾਣ ਹਾਸਲ ਕੀਤਾ ਅਤੇ ਦੂਸਰੇ ਦਿਨ ਵੀ ਸਵਾੜਾ ਰੋਪੜ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਗੁਰਬਾਜ ਨੇ ਆਪਣੀ ਇਸ ਕਾਮਯਾਬੀ ਦੀ ਸੀੜੀ ਨੂੰ ਅੱਗੇ ਤੋਰਦਿਆਂ 4 ਟਰੈਕਟਰ ਜੋ ਪ੍ਰਾਪਤ ਕਰਕੇ ਕਬੱਡੀ ਦੇ ਵਿੱਚ ਆਪਣਾ ਜਿਹੜਾ ਨਾਮ ਸਥਾਪਿਤ ਕਰ ਲਿਆ। ਸਾਨੂੰ ਉਸ ਦੀ ਉਪਲਬਧੀ 'ਤੇ ਮਾਣ ਮਹਿਸੂਸ ਹੋ ਰਿਹਾ ਅਤੇ ਅਸੀਂ ਉਸਦੇ ਮਾਂ ਬਾਪ ਨੂੰ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਵਧਾਈ ਵੀ ਦਿੰਦੇ ਹਾਂ ਅਤੇ ਇਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਸਾਨੂੰ ਆਸ ਆ ਗੁਰਬਾਜ ਇਸੇ ਤਰ੍ਹਾਂ ਕਬੱਡੀ ਦੇ ਖੇਤਰ ਵਿੱਚ ਵੱਡੀਆਂ ਪਲਾਂਘਾਂ ਪੁੱਟੇਗਾ ਅਤੇ ਆਪਣੇ ਮਾਂ ਬਾਪ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਰੋਸ਼ਨ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦੌਰਾਨ SGPC ਨੇ ਪ੍ਰਭਾਵਿਤ ਹੋ ਕੇ ਉਸਨੂੰ 1 ਟੀਨ ਦੇਸੀ ਘਿਓ ਦਾ ਅਤੇ 51,000 ਰੁਪਏ ਦੇ ਕੇ ਸਨਮਾਨਿਤ ਕੀਤਾ। ਤੇ ਹੁਣ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਜੈਤੋ ਦਾ ਮੋਰਚਾ, ਗੰਗਸਰ ਜੈਤੋ ਦਾ ਮੋਰਚਾ, ਉਸ ਸਮੇਂ ਦੀ ਜਿਹੜੀ ਆ ਹਕੂਮਤ, ਅੰਗਰੇਜ਼ ਹਕੂਮਤ, ਉਹਦੇ ਜ਼ੁਲਮ ਦਾ ਜੋ ਸੀਗਾ ਉਹਦਾ ਜਵਾਬ ਦੇਣ ਵਾਸਤੇ ਜੋ ਨਾਭੇ ਦੇ ਮਹਾਰਾਜਾ ਨੂੰ ਗੱਦੀ ਤੋਂ ਧੱਕੇ ਨਾਲ ਫਰੇਬ ਕਰਕੇ ਲਾਇਆ ਗਿਆ ਸੀਗਾ, ਉਹਦੇ ਰੋਸ ਵਜੋਂ ਥਾਂ ਥਾਂ 'ਤੇ ਲੋਕ ਵਿਖਾਵੇ ਹੋਏ, ਜਿਸ ਦੀ ਤਰਜ 'ਤੇ ਇੱਥੇ ਗੁਰਦੁਆਰਾ ਗੰਗਸਰ ਜੈਤੋ ਵੀ ਜਿਹੜਾ ਇਕੱਠ ਹੋਇਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਉਸ ਵੇਲੇ ਦੀ ਹਕੂਮਤ ਨੇ ਅਤਿਆਚਾਰ ਕਰਦੇ ਹੋਏ ਜਿਹੜਾ ਸੀਗਾ ਉਹ ਲੋਕਾਂ ਨੂੰ ਉੱਥੋਂ ਖੰਡਾਇਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਜਿਹੜੇ ਆ ਖੰਡਿਤ ਕੀਤੇ। ਜਦ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਅਤੇ ਲੋਕਾਂ ਦੇ ਵਿੱਚ ਰੋਸ, ਸਿੱਖਾਂ ਦੇ ਵਿੱਚ ਰੋਸ ਜਿਹੜਾ ਆ ਉਹ ਉਤਪੰਨ ਹੋਣਾ
ਜ਼ਰੂਰੀ ਸੀਗਾ, ਲਾਜ਼ਮੀ ਸੀਗਾ, ਜਿਸ ਦੇ ਰੋਸ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 25-25 ਸਿੰਘਾਂ ਦਾ ਜਥਾ ਜਿਹੜਾ ਇੱਥੇ ਜੈਤੋ ਦੇ ਸਥਾਨ ਤੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਆਉਣ ਲੱਗਾ ਕਿ ਜਿਹੜਾ ਵਾ ਉਹ ਸਾਨੂੰ ਇੱਥੇ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਜਾਵੇ ਤੇ ਗੁਰੂ ਘਰ ਤੋਂ ਜਿਹੜਾ ਵਾ ਉਹ ਕਬਜ਼ਾ ਹਟਾਇਆ ਜਾਵੇ। ਪਰ ਉਸ ਵੇਲੇ ਦੀ ਗੂੰਗੀ ਬੋਲੀ ਹਕੂਮਤ, ਅੰਗਰੇਜ਼ ਹਕੂਮਤ ਨੇ ਉਹਨਾਂ ਦੇ ਕੰਨਾਂ ਦੇ ਉੱਤੇ ਜੂ ਨਾ ਸਰਕੀ ਤੇ ਜਿਸ ਦੇ ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਅਜਲਾਸ, ਵਿਸ਼ੇਸ਼ ਮੀਟਿੰਗ ਸੱਦ ਕੇ ਫੈਸਲਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500 ਸਿੰਘਾਂ ਦਾ ਸ਼ਹੀਦੀ ਜਥਾ ਜਿਹੜਾ ਆ ਉਹ ਇੱਥੇ ਜੈਤੋ ਦੇ ਮੋਰਚੇ ਦੇ ਭੇਜਿਆ ਜਾਵੇ। ਉਹ ਸ਼ਹੀਦੀ ਜਥਾ ਜਿਹੜਾ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ, ਬੇਨਤੀ ਕਰਕੇ ਉੱਥੋਂ ਆਰੰਭ ਕੀਤਾ ਗਿਆ। ਇਤਿਹਾਸ ਦੱਸਦਾ ਆ, ਇਤਿਹਾਸਕਾਰ ਲਿਖਦੇ ਨੇ ਕਿ ਜਦ ਉਹ ਜਥਾ ਤੋਰਿਆ ਗਿਆ ਤੇ ਘੱਟੋ ਘੱਟ 30,000 ਦਾ ਇਕੱਠ ਉੱਥੇ ਸਿੱਖ ਸੰਗਤਾਂ ਦਾ ਜਿਹੜਾ ਵਾ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨੇ ਤੋਂ ਉੱਥੋਂ ਚੱਲ ਕੇ ਆਇਆ ਉਹ ਸ਼ਹੀਦੀ ਜਥੇ ਨੂੰ ਤੋਰਨ ਵਾਸਤੇ। ਉਹ ਜਿਹੜਾ ਵਾ ਉਹ ਰਸਤਿਆਂ ਦੇ ਵਿੱਚ ਚਾਲੇ ਮਾਰਦਾ, ਪਿੰਡਾਂ ਦੇ ਵਿੱਚ ਪੈਂਡਾ ਤਹਿ ਕਰਦਾ ਹੋਇਆ ਜਦ ਇੱਥੇ 21 ਫਰਵਰੀ 1924 ਨੂੰ ਜਿਹੜਾ ਵਾ ਉਹ ਇੱਥੇ ਪਹੁੰਚਿਆ ਤੇ ਉਸ ਦਿਨ ਜਿਹੜਾ ਵਾ ਅੰਗਰੇਜ਼ ਹਕੂਮਤ ਨੇ ਕੋਈ ਵੀ ਕਿਸੇ ਦੀ ਕੋਈ ਗੱਲ ਨਾ ਸੁਣੀ। ਪਹਿਲਾਂ ਹੀ ਗਿਣੀ ਮਿਣੀ ਸਾਜਿਸ਼ ਦੇ ਅਧੀਨ ਜਿਹੜਾ ਵਾ ਨਿਰਦੋਸ਼ ਸਿੱਖਾਂ ਦੇ ਜਥੇ ਦੇ ਉੱਤੇ ਭਾਰੀ ਜਿਹੜੀ ਆ ਉਹ ਗੋਲੀਬਾਰੀ ਕੀਤੀ, ਲਾਠੀਚਾਰਜ ਕੀਤਾ ਤੇ ਸੈਂਕੜੇ ਸ਼ਹੀਦਾਂ ਸਿੰਘਾਂ ਨੂੰ ਜਿਹੜਾ ਆ ਉਹ ਸ਼ਹੀਦ ਕੀਤਾ ਗਿਆ। ਜਿਹੜੇ ਫੱਟੜ ਹੋ ਗਏ ਸੀਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ। ਉਹਨਾਂ ਸੂਰਬੀਰਾਂ ਸ਼ਹੀਦਾਂ ਸਿੰਘਾਂ ਦੀ ਜਿਹੜੀ ਆ 100 ਸਾਲਾ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਗੁਰਦੁਆਰਾ ਟਿੱਬੀ ਸਾਹਿਬ ਗੰਗਸਰ ਜੈਤੋ ਵਿਖੇ ਜਿਹੜੀ ਆ ਉਹ 19, 20 ਤੇ 21 ਫਰਵਰੀ ਨੂੰ ਜਿਹੜੀ ਆ ਉਹ ਮਨਾਉਣ ਜਾ ਰਹੀ ਆ, ਜਿਸ ਦੇ ਸੰਬੰਧ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਥਾਂ ਥਾਂ ਤੇ ਮੀਟਿੰਗਾਂ ਕਰਕੇ ਸੰਤਾਂ ਮਹਾਂਪੁਰਸ਼ਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਸੰਗਤਾਂ ਨੂੰ ਉਹਨਾਂ ਪ੍ਰੋਗਰਾਮਾਂ ਤੋਂ ਜਿਹੜਾ ਉਹ ਜਾਣੂ ਕਰਾਇਆ ਜਾ ਰਿਹਾ ਆ। 19 ਤਰੀਕ ਨੂੰ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਉਪਰੰਤ ਜਿਹੜਾ ਸ਼ਹੀਦੀ ਮਾਰਚ ਨਗਰ ਕੀਰਤਨ ਜਿਹੜਾ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਅੰਗੀਠਾ ਸਾਹਿਬ ਜਿੱਥੇ ਉਦੋਂ ਸ਼ਹੀਦ ਹੋਏ ਸਿੰਘਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀਗਾ ਉੱਥੇ ਜਿਹੜਾ ਉਹ ਸ਼ਹੀਦੀ ਮਾਰਚ ਪੂਰੇ ਜਾਹੋ ਜਲੌਲ ਨਿਹੰਗਾਂ ਸਿੰਘਾਂ ਵੱਲੋਂ ਵੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਹੀਦੀ ਮਾਰਚ ਦੇ ਵਿੱਚ ਘੋੜੇ, ਊਠ, ਹੋਰ ਜਿਹੜੇ ਸਕੂਲਾਂ ਦੇ ਬੱਚੇ ਵਿਦਿਆਰਥੀ ਜਿਹੜੇ ਆ ਬੈਂਡ ਬਾਜਿਆਂ ਦੇ ਨਾਲ ਸ਼ਮੂਲੀਅਤ ਕਰਨਗੇ ਤੇ ਪੁਰਾਤਨ ਦਿੱਖ ਵਾਲੇ ਜਿਹੜੇ ਸਿੱਖ ਹੋਣਗੇ ਉਹਨਾਂ ਦੀਆਂ ਪੁਸ਼ਾਕਾਂ ਦੇ ਵਿੱਚ ਵੀ ਜਿਹੜਾ ਵਾ ਉਹ ਪਾਰਟੀਸ਼ਨ ਜਿਹੜਾ ਬੱਚਿਆਂ ਵੱਲੋਂ ਕੀਤਾ ਜਾਊਗਾ। ਉੱਥੇ ਅੰਗੀਠਾ ਸਾਹਿਬ ਇਸ ਸ਼ਹੀਦੀ ਮਾਰਚ ਦੀ ਜਿਹੜੀ ਆ ਸਮਾਪਤੀ ਤੋਂ ਉਪਰੰਤ ਸ਼ਾਮਾਂ ਨੂੰ ਜਿਹੜਾ ਆ ਉਹ ਇੱਥੇ ਇੱਕ ਟੈਲੀਫਿਲਮ ਜੋ ਇਹਨਾਂ ਸ਼ਹੀਦਾਂ ਸਿੰਘਾਂ ਦੇ ਤਿਆਰ ਕੀਤੀ ਗਈ ਆ ਉਹ ਦਿਖਾਈ ਜਾਵੇਗੀ। ਔਰ 20 ਤਰੀਕ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਵਿਦਿਆਰਥਣਾਂ ਦੇ ਜਿਹੜੇ ਧਾਰਮਿਕ ਮੁਕਾਬਲੇ ਕਰਾਏ ਜਾਣਗੇ, ਕਵਿਤਾ ਕਰਾਈ ਜਾਵੇਗੀ, ਸ਼ਬਦ ਕੀਰਤਨ ਜਿਹੜੇ ਆ ਉਹਨਾਂ ਦੇ ਕੰਪੀਟੀਸ਼ਨ ਕਰਾਏ ਜਾਣਗੇ, ਉਹਨਾਂ ਸ਼ਹੀਦੀ ਵਾਰਾਂ ਦੇ ਜਿਹੜੇ ਆ ਉਹ ਕੰਪੀਟੀਸ਼ਨ ਕਰਾਏ ਜਾਣਗੇ ਤਾਂ ਜੋ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ, ਨਵੀਂ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵੀ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਜਾਂ ਇਹਨਾਂ ਸਿੱਖ ਇਤਿਹਾਸ ਦੇ ਦਿਹਾੜਿਆਂ ਤੋਂ ਜਿਹੜਾ ਵਾ ਉਹ ਜਾਣੂ ਕਰਾਇਆ ਜਾਵੇ ਤੇ ਉਹਨਾਂ ਦੇ ਵਿੱਚ ਵੀ ਇਹ ਇਸ ਤਰ੍ਹਾਂ ਦੀ ਜਿਹੜੀ ਆ ਦੇਸ਼ ਪ੍ਰਤੀ, ਕੌਮ ਪ੍ਰਤੀ ਜਿਹੜੀ ਆ ਉਹ ਸ਼ਰਧਾ ਜਾਗੇ। ਉਸ ਤੋਂ ਉਪਰੰਤ ਸ਼ਾਮ ਨੂੰ ਇੱਥੇ ਇੱਕ ਗੱਤਕਾ ਮੁਕਾਬਲਾ ਕਰਾਇਆ ਜਾਵੇਗਾ ਜੋ ਸਾਡਾ ਪੁਰਾਤਨ ਜਿਹੜਾ ਵਿਰਸਾ ਆ ਉਹ ਵੱਡੀਆਂ ਟੀਮਾਂ ਜਿਹੜੀਆਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਈਆਂ ਜਾ ਰਹੀਆਂ ਆ ਉਹ ਇੱਥੇ ਰਾਤ ਨੂੰ ਜਿਹੜਾ ਆ ਉਹ ਗੱਤਕਾ ਮੁਕਾਬਲਾ ਹੋਵੇਗਾ। ਉਸ ਤੋਂ ਬਾਅਦ ਸ਼ਾਮ ਨੂੰ ਸੋਧਰ ਦੇ ਪਾਠ ਤੋਂ ਬਾਅਦ ਇੱਥੇ ਜਿਹੜੀ ਉਹ ਸਿੱਖਾਂ ਦੇ ਆਧਾਰਿਤ ਟੈਲੀਫਿਲਮ ਇੱਕ ਤਿਆਰ ਕੀਤੀ ਗਈ ਆ
ਉਹ ਸਿੱਖ ਸੰਗਤਾਂ ਨੂੰ ਵਿਖਾਈ ਜਾਵੇਗੀ ਤੇ ਉਸ ਤੋਂ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਰਾਤ ਨੂੰ ਜਿਹੜਾ ਆ ਉਹ ਕੀਰਤਨ ਦਰਬਾਰ ਕੀਤਾ ਜਾਵੇਗਾ। ਉਸ ਤੋਂ ਅਗਲੇ ਦਿਨ 21 ਤਰੀਕ ਨੂੰ 21 ਫਰਵਰੀ ਨੂੰ ਜਿਹੜੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਮੇਨ ਪੰਡਾਲ ਦੇ ਵਿੱਚ ਜਿਹੜਾ ਦੀਵਾਨ ਸੱਜਣਗੇ, ਜਿਸ ਦੇ ਵਿੱਚ ਸਿੱਖ ਕੌਮ ਦੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ, ਸਾਰੇ ਹੀ ਤਖ਼ਤਾਂ ਦੇ ਸਿੰਘ ਸਾਹਿਬਾਨ, ਮਾਣਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ, ਹੋਰ ਸੰਤ ਮਹਾਂਪੁਰਸ਼ ਨਿਹੰਗ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਨਿਰਮਲੇ ਸੰਪਰਦਾਵਾਂ, ਮੇਰੇ ਕਹਿਣ ਤੋਂ ਭਾਵ ਕਿ ਸਿੱਖ ਸਮਾਜ ਦਾ ਸਮੁੱਚਾ ਜਿਹੜਾ ਆ ਉਹ ਅੰਗ ਜਿਹੜੇ ਆ ਉਹ ਸਿੱਖ ਸੰਗਤਾਂ ਜਿਹੜੀਆਂ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨਗੀਆਂ। ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਮੇਰੀ ਪੁਰਜ਼ੋਰ ਸੰਗਤਾਂ ਨੂੰ ਅਪੀਲ ਆ, ਇਹ ਤਿੰਨੋਂ ਦਿਨ ਜਿਹੜੇ ਗੁਰਮਤਿ ਸਮਾਗਮ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ ਨੇ। ਇਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਾ ਆਪਣੇ ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਸਾਖ ਸੰਬੰਧੀਆਂ ਸਮੇਤ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਤੇ ਉਹਨਾਂ ਸ਼ਹੀਦਾਂ ਸੂਰਮਿਆਂ ਨੂੰ ਜਿਹੜੀਆਂ ਆ ਉਹ ਸਿਜਦਾ ਕੀਤਾ ਜਾਵੇ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pdcnetwork.com। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।